ਭਾਰਤ ਦੇ ਵਿੱਚ ਅੱਜ ਵੀ ਅਜਿਹੀਆਂ ਕਈ ਪੁਰਾਣੀ ਚੀਜ਼ਾਂ ਮੌਜੂਦ ਨੇ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਸੰਜੋਈ ਬੈਠੀਆਂ ਨੇ। ਦੱਸ ਦਈਏ ਕਿ ਉਹਨਾਂ ਇਤਿਹਾਸ ਦੇ ਵਿੱਚੋਂ ਹੀ ਇੱਕ ਇਹ ਚਸ਼ਮਾ ਵੀ ਮੌਜੂਦ ਹੈ ਜੋ ਕਿ ਸ਼੍ਰੀਨਗਰ ਦੇ ਵਿੱਚ ਸਥਿਤ ਹੈ ਅਤੇ ਜਿਸਦਾ ਨਿਰਮਾਣ ਵੀ ਮੁਗਲ ਸਮਰਾਟ ਸ਼ਾਹਜਹਾਂ ਨੇ ਕਰਵਾਇਆ ਸੀ। ਦੱਸ ਦਈਏ ਕਿ 1632 ਈਸਵੀ ਦੇ ਵਿੱਚ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੇ ਬੇਟੇ ਦਾਰਾ ਸ਼ਿਕੋਹ ਦੇ ਲਈ ਇਸ ਚਸ਼ਮੇ ਦਾ ਨਿਰਮਾਣ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਕਰਵਾਇਆ ਸੀ। ਇੱਥੋਂ ਦਾ ਹੀ ਜੋ ਮੁਗਲ ਸ਼ਾਸਕ ਸੀ ਉਹ ਜ਼ਿਆਦਾਤਰ ਪਾਣੀ ਪੀਂਦੇ ਸੀ। ਕਿਹਾ ਜਾਂਦਾ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੀ ਇਸੀ ਝਰਨੇ ਦਾ ਪਾਣੀ ਪੀਂਦੇ ਸੀ। ਦੱਸ ਦਈਏ ਕਿ ਸ਼੍ਰੀਨਗਰ ਤੋਂ ਸਪੈਸ਼ਲ ਪਾਣੀ ਉਹਨਾਂ ਦੇ ਲਈ ਦਿੱਲੀ ਜਾਂਦਾ ਸੀ ਅਤੇ ਇਹ ਮਿੱਠਾ ਪਾਣੀ ਜੋ ਹੈ ਉਹ ਕਾਫ਼ੀ ਜ਼ਿਆਦਾ ਸ਼ੁੱਧ ਮੰਨਿਆ ਜਾਂਦਾ ਹੈ। ਦੱਸ ਦਈਏ ਕਿ 108 ਮੀਟਰ ਲੰਬਾ ਅਤੇ 38 ਮੀਟਰ ਚੌੜਾ ਇਹ ਬਗੀਚਾ 1 acre ਦੇ ਵਿੱਚ ਫੈਲਿਆ ਹੋਇਆ। ਖੂਬਸੂਰਤੀ ਦੇ ਲਈ ਇਸ ਦੇ ਵਿੱਚ ਫੁੱਲ ਲੱਗੇ ਹੋਏ ਹੈ ਅਤੇ ਬਿਨਾਂ ਕਿਸੇ ਬਿਜਲੀ ਮੋਟਰ 'ਤੇ ਜੋ ਫੁਆਰੇ ਲੱਗੇ ਹੋਏ ਨੇ ਉਹ ਇਸ ਦੀ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੇ ਨੇ। ਦੁਨੀਆ ਦੇ ਦੂਰ ਦੂਰ ਦੇ ਹਿੱਸੇ ਤੋਂ ਸੈਲਾਨੀ ਜੋ ਨੇ ਇਸ ਸਪੈਸ਼ਲ ਸ਼ਾਹੀ ਚਸ਼ਮੇ ਨੂੰ ਦੇਖਣ ਦੇ ਲਈ ਪਹੁੰਚਦੇ ਨੇ। ਕਈ ਸੈਲਾਨੀ ਤਾਂ ਆਪਣੇ ਨਾਲ ਬੋਤਲਾਂ ਤੱਕ ਵੀ ਲੈ ਕੇ ਆਉਂਦੇ ਨੇ ਜੋ ਕਿ ਇੱਥੋਂ ਦਾ ਮਿੱਠਾ ਪਾਣੀ ਆਪਣੇ ਨਾਲ ਲੈ ਕੇ ਜਾਂਦੇ ਨੇ। ਦੱਸ ਦਈਏ ਕਿ ਇਸ ਝਰਨੇ ਦਾ ਪਾਣੀ ਇੰਨਾ ਮਿੱਠਾ ਅਤੇ ਸਾਫ਼ ਸੀ ਕਿ ਅੰਗਰੇਜ਼ ਅਫਸਰ ਵੀ ਇੱਥੋਂ ਹੀ ਪਾਣੀ ਭਰ ਕੇ ਲੈ ਕੇ ਜਾਂਦੇ ਸੀ ਅਤੇ ਕਈ ਜਿਹੜੇ ਵੱਡੇ ਅਫਸਰ ਸੀ ਉਹਨਾਂ ਦੇ ਲਈ ਸਪੈਸ਼ਲ ਇੱਥੋਂ ਪਾਣੀ ਸਟੋਰ ਕਰਕੇ ਲੈ ਕੇ ਜਾਇਆ ਜਾਂਦਾ ਸੀ। ਤਾਂ ਦੱਸ ਦਈਏ ਕਿ ਕਸ਼ਮੀਰ ਦੇ ਵਿੱਚ ਇਹ ਸ਼ਾਹੀ ਚਸ਼ਮਾ ਮੌਜੂਦ ਹੈ ਜਿਸ ਦਾ ਨਿਰਮਾਣ 1632 ਈਸਵੀ ਦੇ ਵਿੱਚ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੇ ਪੁੱਤ ਦਾਰਾ ਸ਼ਿਕੋਹ ਦੇ ਲਈ ਕਰਵਾਇਆ ਸੀ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਬਗੀਚੇ ਦੇ ਵਿੱਚ ਲੱਗੇ ਹੋਏ ਪਾਣੀ ਵਾਲੇ ਫੁਹਾਰੇ ਇਸ ਬਗੀਚੇ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਗਾਉਂਦੇ ਨੇ। ਭਾਰਤ ਦੇ ਵਿੱਚ ਅੱਜ ਵੀ ਅਜਿਹੀਆਂ ਕਈ ਪੁਰਾਣੀ ਚੀਜ਼ਾਂ ਮੌਜੂਦ ਨੇ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਸੰਜੋਈ ਬੈਠੀਆਂ ਨੇ। ਦੱਸ ਦਈਏ ਕਿ ਉਹਨਾਂ ਇਤਿਹਾਸ ਦੇ ਵਿੱਚੋਂ ਹੀ ਇੱਕ ਇਹ ਚਸ਼ਮਾ ਵੀ ਮੌਜੂਦ ਹੈ ਜੋ ਕਿ ਸ਼੍ਰੀਨਗਰ ਦੇ ਵਿੱਚ ਸਥਿਤ ਹੈ ਅਤੇ ਜਿਸਦਾ ਨਿਰਮਾਣ ਵੀ ਮੁਗਲ ਸਮਰਾਟ ਸ਼ਾਹਜਹਾਂ ਨੇ ਕਰਵਾਇਆ ਸੀ। ਦੱਸ ਦਈਏ ਕਿ 1632 ਈਸਵੀ ਦੇ ਵਿੱਚ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੇ ਬੇਟੇ ਦਾਰਾ ਸ਼ਿਕੋਹ ਦੇ ਲਈ ਇਸ ਚਸ਼ਮੇ ਦਾ ਨਿਰਮਾਣ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਕਰਵਾਇਆ ਸੀ। ਇੱਥੋਂ ਦਾ ਹੀ ਜੋ ਮੁਗਲ ਸ਼ਾਸਕ ਸੀ ਉਹ ਜ਼ਿਆਦਾਤਰ ਪਾਣੀ ਪੀਂਦੇ ਸੀ। ਕਿਹਾ ਜਾਂਦਾ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੀ ਇਸੀ ਝਰਨੇ ਦਾ ਪਾਣੀ ਪੀਂਦੇ ਸੀ। ਦੱਸ ਦਈਏ ਕਿ ਸ਼੍ਰੀਨਗਰ ਤੋਂ ਸਪੈਸ਼ਲ ਪਾਣੀ ਉਹਨਾਂ ਦੇ ਲਈ ਦਿੱਲੀ ਜਾਂਦਾ ਸੀ ਅਤੇ ਇਹ ਮਿੱਠਾ ਪਾਣੀ ਜੋ ਹੈ ਉਹ ਕਾਫ਼ੀ ਜ਼ਿਆਦਾ ਸ਼ੁੱਧ ਮੰਨਿਆ ਜਾਂਦਾ ਹੈ। ਦੱਸ ਦਈਏ ਕਿ 108 ਮੀਟਰ ਲੰਬਾ ਅਤੇ 38 ਮੀਟਰ ਚੌੜਾ ਇਹ ਬਗੀਚਾ 1 acre ਦੇ ਵਿੱਚ ਫੈਲਿਆ ਹੋਇਆ। ਖੂਬਸੂਰਤੀ ਦੇ ਲਈ ਇਸ ਦੇ ਵਿੱਚ ਫੁੱਲ ਲੱਗੇ ਹੋਏ ਹੈ ਅਤੇ ਬਿਨਾਂ ਕਿਸੇ ਬਿਜਲੀ ਮੋਟਰ 'ਤੇ ਜੋ ਫੁਆਰੇ ਲੱਗੇ ਹੋਏ ਨੇ ਉਹ ਇਸ ਦੀ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੇ ਨੇ। ਦੁਨੀਆ ਦੇ ਦੂਰ ਦੂਰ ਦੇ ਹਿੱਸੇ ਤੋਂ ਸੈਲਾਨੀ ਜੋ ਨੇ ਇਸ ਸਪੈਸ਼ਲ ਸ਼ਾਹੀ ਚਸ਼ਮੇ ਨੂੰ ਦੇਖਣ ਦੇ ਲਈ ਪਹੁੰਚਦੇ ਨੇ। ਕਈ ਸੈਲਾਨੀ ਤਾਂ ਆਪਣੇ ਨਾਲ ਬੋਤਲਾਂ ਤੱਕ ਵੀ ਲੈ ਕੇ ਆਉਂਦੇ ਨੇ ਜੋ ਕਿ ਇੱਥੋਂ ਦਾ ਮਿੱਠਾ ਪਾਣੀ ਆਪਣੇ ਨਾਲ ਲੈ ਕੇ ਜਾਂਦੇ ਨੇ। ਦੱਸ ਦਈਏ ਕਿ ਇਸ ਝਰਨੇ ਦਾ ਪਾਣੀ ਇੰਨਾ ਮਿੱਠਾ ਅਤੇ ਸਾਫ਼ ਸੀ ਕਿ ਅੰਗਰੇਜ਼ ਅਫਸਰ ਵੀ ਇੱਥੋਂ ਹੀ ਪਾਣੀ ਭਰ ਕੇ ਲੈ ਕੇ ਜਾਂਦੇ ਸੀ ਅਤੇ ਕਈ ਜਿਹੜੇ ਵੱਡੇ ਅਫਸਰ ਸੀ ਉਹਨਾਂ ਦੇ ਲਈ ਸਪੈਸ਼ਲ ਇੱਥੋਂ ਪਾਣੀ ਸਟੋਰ ਕਰਕੇ ਲੈ ਕੇ ਜਾਇਆ ਜਾਂਦਾ ਸੀ। ਤਾਂ ਦੱਸ ਦਈਏ ਕਿ ਕਸ਼ਮੀਰ ਦੇ ਵਿੱਚ ਇਹ ਸ਼ਾਹੀ ਚਸ਼ਮਾ ਮੌਜੂਦ ਹੈ ਜਿਸ ਦਾ ਨਿਰਮਾਣ
32 ਈਸਵੀ ਦੇ ਵਿੱਚ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੇ ਪੁੱਤ ਦਾਰਾ ਸ਼ਿਕੋਹ ਦੇ ਲਈ ਕਰਵਾਇਆ ਸੀ। ਤਾਂ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਸ ਬਗੀਚੇ ਦੇ ਵਿੱਚ ਲੱਗੇ ਹੋਏ ਪਾਣੀ ਵਾਲੇ ਫੁਹਾਰੇ ਇਸ ਬਗੀਚੇ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਗਾਉਂਦੇ ਨੇ।